ਮਿੱਤਰੋ, ਅੱਜ ਦਾ ਸਭ ਤੋਂ ਵੱਡਾ ਸਵਾਲ ਇਹ ਆ ਕਿ 21 ਤਰੀਕ ਤੋਂ ਲੈ ਕੇ ਅੱਜ 24 ਤਰੀਕ ਹੋ ਗਈ, 4 ਦਿਨ ਬੀਤ ਗਏ ਨੌਜਵਾਨ ਕਿਸਾਨ ਸ਼ੁਭ ਕਰਨ ਦੇ ਕਤਲ ਨੂੰ, ਤੇ ਹੁਣ ਤੱਕ ਪੰਜਾਬ ਸਰਕਾਰ ਨੇ 302 ਦਾ ਪਰਚਾ ਦਰਜ ਕਿਉਂ ਨਹੀਂ ਕੀਤਾ? ਪਰਚਾ ਦਰਜ ਕਰਕੇ ਹੁਣ ਤੱਕ ਤਾਂ ਛਾਪੇ ਵੀ ਪੈਣੇ ਚਾਹੀਦੇ ਸੀ ਉਹਨਾਂ ਅਫਸਰਾਂ ਦੇ ਉੱਪਰ ਜਿਨ੍ਹਾਂ ਦੀ ਅਗਵਾਈ 'ਚ ਉੱਥੇ ਇਹ ਸਾਰਾ ਕੁਛ ਹੋਇਆ। ਹੁਣ ਸਵਾਲ ਇਹ ਹੈ ਕਿ ਇੱਕ ਪਾਸੇ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਨੇ ਕਿ ਮੈਂ ਕਿਸਾਨਾਂ ਦਾ ਵਕੀਲ ਹਾਂ, ਮੈਂ ਕਿਸਾਨਾਂ ਨਾਲ ਡਟ ਕੇ ਖੜਾ, ਮੈਂ ਪੂਰੀ ਕਿਸਾਨੀ ਨਾਲ ਖੜਾ। ਇੱਕ ਪਾਸੇ ਉਹ 1 ਕਰੋੜ ਰੁਪਈਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਸ਼ੁਭ ਕਰਨ ਦੀ ਭੈਣ ਨੂੰ ਕਰਦੇ ਨੇ। ਪਰ ਸਭ ਤੋਂ ਵੱਡੀ ਗੱਲ ਜਿਹੜੀ ਮੰਗ ਸ਼ੁਭ ਕਰਨ ਦਾ ਪਰਿਵਾਰ ਵੀ ਕਰ ਰਿਹਾ, ਜਥੇਬੰਦੀਆਂ ਵੀ ਕਰ ਰਹੀਆਂ, ਪੂਰਾ ਪੰਜਾਬ ਇਹ ਜਾਣਨਾ ਚਾਹੁੰਦਾ ਹੈ ਕਿ 302 ਦਾ ਕਤਲ ਦਾ ਪਰਚਾ ਉਹਨਾਂ 'ਤੇ ਕਦੋਂ ਦਰਜ ਕੀਤਾ ਜਾਏਗਾ ਜਿਨ੍ਹਾਂ ਨੇ ਇਹ ਸਭ ਕੁਛ ਕੀਤਾ। ਪੋਸਟਮਾਰਟਮ ਵੀ ਹੋ ਚੁੱਕਾ ਹੈ, ਪੋਸਟਮਾਰਟਮ ਕਰਨ ਵਾਲੇ ਜਿਹੜੇ ਡਾਕਟਰ ਸਾਹਿਬ ਸੀ ਇੱਕ, ਉਹਨਾਂ ਦਾ ਬਿਆਨ ਮੀਡੀਆ 'ਚ ਆ ਚੁੱਕਾ ਹੈ, ਜਿਨ੍ਹਾਂ ਕੋਲ ਪਹਿਲਾਂ ਉਹ ਲੈ ਕੇ ਗਏ ਸੀ। ਉਹਨਾਂ ਨੇ ਕਿਹਾ ਕਿ ਇੱਥੋਂ ਵੱਜੀ ਹੈ ਅਤੇ ਇੱਧਰ ਦੀ ਨਿਕਲੀ ਹੈ, ਅਤੇ ਨਾਲੇ ਹੋਰ ਜ਼ਖਮੀ ਵੀ ਨੇ ਅਤੇ 307 ਦਾ ਧਾਰਾ ਵੀ ਨਾਲ ਲੱਗਦੀ ਹੈ। ਪਰ ਭਗਵੰਤ ਮਾਨ ਜੀ, ਕਦੋਂ ਦਰਜ ਕਰੋਗੇ ਪਰਚਾ? ਤੁਹਾਡੇ 'ਤੇ ਦਬਾਅ ਕਿਹਦਾ ਹੈ? ਕੌਣ ਰੋਕ ਰਿਹਾ ਤੁਹਾਨੂੰ? ਕਿਉਂ ਨਹੀਂ ਪਰਚਾ ਦਰਜ ਕਰਦੇ ਤੁਸੀਂ? ਕਾਰਨ ਕੀ ਹੈ? ਮਜਬੂਰੀ ਕੀ ਹੈ? ਕਤਲ ਤਾਂ ਹੋਇਆ, ਮੁੰਡਾ ਤਾਂ ਗਿਆ, ਆਖਰ ਤਾਂ ਮੁੰਡਾ ਗਿਆ ਨਾ, ਅਤੇ ਹੋਇਆ ਕਿੱਥੇ ਹੈ? ਖਣੌਰੀ। ਅਤੇ ਆਮ ਲੋਕਾਂ ਨੇ ਤਾਂ ਇਹ ਕੀਤਾ ਨਹੀਂ। ਵੇਖੋ ਭਗਵੰਤ ਮਾਨ ਸਾਹਿਬ, ਇਹੀ ਤੁਹਾਡੀ ਪਰਖ ਦਾ ਟਾਈਮ ਸੀ, ਇਹੀ ਤੁਹਾਡੀ ਦਲੇਰੀ ਅਤੇ ਹਿੰਮਤ ਦੀ ਪੜਚੋਲ ਦਾ ਟਾਈਮ ਸੀ। ਜੇਕਰ ਤੁਹਾਡੇ ਵਿੱਚ ਸੱਚਮੁੱਚ ਦਮ ਹੈ ਤਾਂ ਭਗਵੰਤ ਮਾਨ ਜੀ, 92 MLA ਦੇ ਕੇ ਇਤਿਹਾਸਕ ਜਿੱਤ ਤੁਹਾਨੂੰ ਲੋਕਾਂ ਨੇ ਦਿੱਤੀ, ਲੋਕ ਤੁਹਾਥੋਂ ਉਮੀਦਾਂ ਵੀ ਕਰਦੇ ਨੇ, ਤਾਂ ਫਿਰ ਹੁਣ ਤੱਕ ਕਿਉਂ ਨਹੀਂ ਪਰਚਾ ਦਰਜ ਹੋਇਆ? ਕੀ BJP ਰੋਕਦੀ ਹੈ? ਕੀ ਸੈਂਟਰ ਸਰਕਾਰ ਜਾਂ ਹਰਿਆਣਾ ਸਰਕਾਰ ਕੋਈ ਦਬਾਅ ਪਾਉਂਦੀ ਹੈ? ਆਖਰ ਕਿਉਂ ਅਤੇ ਕਿਵੇਂ ਇਹ ਸਾਰਾ ਹੋ ਰਿਹਾ ਕਿ ਹੁਣ ਤੱਕ ਪਰਚਾ ਵੀ ਦਰਜ ਨਹੀਂ ਹੋਇਆ? ਦੇਖੋ, ਹੁਣ ਤੱਕ ਚਾਹੀਦਾ ਸੀ ਕਿ ਪਰਚਾ ਦਰਜ ਹੁੰਦਾ। ਕਿਸੇ ਵੀ ਪੁਲਿਸ ਪ੍ਰਸ਼ਾਸਨ ਨੂੰ ਕੋਈ ਅਧਿਕਾਰ ਨਹੀਂ ਗਾ ਕਿ ਜਿਹੜੇ ਨਿਹੱਥੇ ਲੋਕ ਨੇ, ਜਿਹੜੇ ਸ਼ਾਂਤੀਪੂਰਵਕ ਸਿਰਫ ਧਰਨਾ ਲਾਉਣ ਦਾ ਸੱਦਾ ਦੇ ਕੇ ਜਾ ਰਹੇ ਨੇ, ਉਹਨਾਂ ਦੇ ਉੱਪਰ ਉਹ ਇੱਦਾਂ ਇੰਨਾ ਕੁਛ ਕਰ ਸਕਦੀ? ਇਸ ਦੇਸ਼ ਨੂੰ ਲੋਕਤੰਤਰੀ ਦੇਸ਼ ਕਿਹਾ ਜਾਂਦਾ, ਅਤੇ ਲੋਕਤੰਤਰੀ ਦੇਸ਼ ਦੇ ਵਿੱਚ ਧਰਨਾ ਲਾਉਣਾ, ਮੁਜ਼ਾਹਰਾ ਕਰਨਾ, ਰੈਲੀ ਕਰਨੀ, ਇਹ ਲੋਕਾਂ ਦਾ ਅਧਿਕਾਰ ਹੈ, ਇਹ ਰਾਈਟ ਆਫ ਪੀਪਲ ਹੈ। ਪਰ ਲੋਕ ਸਿਰਫ ਧਰਨਾ ਲਾਉਣ ਦੀ ਗੱਲ ਹੀ ਕਰਕੇ ਜਾ ਰਹੇ ਸੀ ਨਾ, ਪੰਜਾਬ ਤੋਂ ਚੱਲੇ ਖਣੌਰੀ ਅਤੇ ਸ਼ੰਭੂ ਤੱਕ ਪਹੁੰਚੇ, ਉਹਨਾਂ ਨੇ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਕੀਤਾ, ਕੋਈ ਹੜਦੁੰਗ ਨਹੀਂ ਕੀਤਾ। 13 ਮਹੀਨੇ ਪਹਿਲਾਂ ਦਿੱਲੀ ਬੈਠੇ ਰਹੇ ਕਿਸਾਨ, ਉਦੋਂ ਵੀ ਕਿਸਾਨਾਂ ਨੇ ਉੱਥੇ ਕੋਈ ਇਹੋ ਜਿਹੀ ਗਲਤੀ ਨਹੀਂ ਕੀਤੀ, ਕੋਈ ਜਾਨੀ ਮਾਲੀ ਨੁਕਸਾਨ ਨਹੀਂ ਕੀਤਾ। ਤਾਂ ਤਜਰਬਾ ਪਿਆ ਕਿ ਕਿਸਾਨ ਤਾਂ ਖੌਰੂ ਪਾਉਣਾ ਨਹੀਂ ਚਾਹੁੰਦੇ। ਕੀ ਮਜਬੂਰੀ ਸੀ ਸੈਂਟਰ ਸਰਕਾਰ ਦੀ ਅਤੇ ਹਰਿਆਣਾ ਸਰਕਾਰ ਦੀ ਕਿ ਉਹ MSP ਵੀ ਦੇਣਾ ਨਹੀਂ ਚਾਹੁੰਦੇ ਅਤੇ ਧਰਨਾ ਵੀ ਲਾਉਣ ਦੇਣਾ ਨਹੀਂ ਚਾਹੁੰਦੇ? ਫਿਰ ਉਹ ਚਾਹੁੰਦੇ ਕੀ ਨੇ? ਉੱਧਰੋਂ ਮੀਟਿੰਗਾਂ ਕੇਂਦਰੀ ਮੰਤਰੀ ਸਾਹਿਬ ਕਹਿੰਦੇ ਨੇ ਕਿ ਮੈਂ ਕਿਸਾਨਾਂ ਨੂੰ ਆਪਣੇ ਭਰਾ ਸਮਝਦਾ। ਬੱਲੇ ਜੀ ਬੱਲੇ, ਇੱਦਾਂ ਦੀ ਪ੍ਰਕਿਰਿਆ ਤੁਹਾਡੀ?
ਐਦਾਂ ਦੀ ਭਰੱਪੀ ਚੱਟਣਾ ਇਹੋ ਜਿਹੀ ਭਰੱਪੀ ਨੂੰ, ਇਹ ਭਰੱਪੀ ਸਾਂਭ ਕੇ ਰੱਖੋ ਤੁਸੀਂ। ਦੇਖੋ ਉਹਨਾਂ ਨੂੰ ਛੱਡੋ। ਵੇਖੋ ਜਿਹੜੀ MSP ਦੇਣ ਦੀ ਗੱਲ ਆ, ਇਹ ਕੋਈ ਐਡੀ ਆਸਾਨ ਨਹੀਂ ਗੀ। ਇਹਦੀਆਂ ਤਾਰਾਂ ਅਮੈਰੀਕਾ ਦੀਆਂ ਨੀਤੀਆਂ, ਸਾਮਰਾਜੀ ਨੀਤੀਆਂ WTO ਦੇ ਨਾਲ ਜਾ ਕੇ ਜੁੜਦੀਆਂ ਨੇ। WTO ਕੀ ਹੈ? ਵਰਲਡ ਟ੍ਰੇਡ ਔਰਗਨਾਈਜੇਸ਼ਨ। ਅਤੇ ਉਹਦੇ ਸੰਚਾਲਕ ਕੌਣ ਨੇ? ਵੱਡੇ ਵੱਡੇ ਕਾਰਪੋਰੇਟ ਕਰਾਂ ਨੇ, ਅਤੇ ਉਹਨਾਂ ਦੁਆਰਾ ਹੀ ਸਰਕਾਰਾਂ ਨੂੰ ਨਿਰਦੇਸ਼ਿਤ ਕੀਤਾ ਜਾਂਦਾ। ਇਸ ਕਰਕੇ ਫਸਲਾਂ 'ਤੇ MSP ਦੇਣਾ ਇਹਨਾਂ ਲਈ ਆਸਾਨ ਨਹੀਂ ਹੈਗਾ, ਇਹ ਸਾਰੀ ਦੁਨੀਆ ਜਾਣਦੀ ਆ। ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ। ਪਰ ਜੋ ਕੁਛ ਕੀਤਾ ਖਨੌਰੀ ਅਤੇ ਸ਼ੰਭੂ ਦੇ ਉੱਪਰ, ਉਹਦੀ ਉਮੀਦ ਸ਼ਾਇਦ ਨਹੀਂ ਸੀ ਕਿਸੇ ਨੂੰ। ਅੱਜ ਦੁਨੀਆ ਦੇਖ ਰਹੀ ਹੈ ਅਤੇ ਦੁਨੀਆ ਇਹ ਪੁੱਛਣਾ ਚਾਹੁੰਦੀ ਹੈ ਵੀ ਕੀ ਧਰਨਾ ਲਾਉਣਾ ਵੀ ਗੁਨਾਹ ਹੋ ਗਿਆ? ਕੀ ਮੁਜ਼ਾਹਰਾ ਕਰਨਾ ਵੀ ਗੁਨਾਹ ਹੋ ਗਿਆ? ਕੀ ਹੁਣ ਇਹ ਧਰਨਾ ਮੁਜ਼ਾਹਰਾ ਕਰਨ ਦਾ ਲੋਕਾਂ ਦਾ ਅਧਿਕਾਰ ਸੰਵਿਧਾਨ ਤੋਂ ਕੱਢ ਦੇਣਗੇ? ਇਹ ਵੱਡਾ ਸਵਾਲ ਹੈ। ਪਰ ਭਗਵੰਤ ਮਾਨ ਸਰਕਾਰ 'ਤੇ ਫਿਰ ਉਹੀ ਸਵਾਲ ਹੈ। 4 ਦਿਨ ਬੀਤ ਗਏ, ਸ਼ਾਮ ਪੈ ਗਈ 24 ਦੀ, ਪਰ ਹਜੇ ਤੱਕ ਪਰਚਾ ਦਰਜ ਨਾ ਕੀਤਾ ਜਾਣਾ ਇਹ ਕੀ ਸਾਬਤ ਕਰਦਾ? ਇਹਦਾ ਕੀ ਅਰਥ ਕੱਢਿਆ ਜਾਵੇ? ਇਹਦਾ ਕੀ ਜਵਾਬ ਦਊਗੀ ਭਗਵੰਤ ਮਾਨ ਸਰਕਾਰ? ਉਹਦੀਆਂ ਭੈਣਾਂ ਨੇ ਵੀ ਕਹਿਤਾ, ਉਹਦੀ ਦਾਦੀ ਨੇ ਵੀ ਕਹਿਤਾ ਸ਼ੁਭ ਕਰਨ ਦੀ, 1 ਕਰੋੜ ਅਤੇ ਨੌਕਰੀ, ਇਹ ਬਾਅਦ ਦੀਆਂ ਗੱਲਾਂ ਨੇ। ਪਹਿਲਾਂ ਉਹਨਾਂ ਦੋਸ਼ੀਆਂ, ਉਹਨਾਂ ਗੁਨਾਹਗਾਰਾਂ 'ਤੇ ਪਰਚਾ ਦਰਜ ਕਰੋ ਜਿਨ੍ਹਾਂ ਨੇ ਇਹ ਸਭ ਕੀਤਾ। ਹੈਰਾਨਗੀ ਦੀ ਗੱਲ ਹੈ, ਜਿਵੇਂ ਕੋਈ ਕਾਨੂੰਨ, ਕੋਈ ਸਰਕਾਰ ਇੱਥੇ ਹੁੰਦੀ ਨਹੀਂ, ਇੱਦਾਂ ਦਾ ਮੰਜ਼ਰ ਵੇਖ ਰਹੇ ਹਾਂ। 1 ਨੌਜਵਾਨ ਮੁੰਡਾ ਗੋਲੀ ਮਾਰ ਕੇ ਇਸ ਤਰ੍ਹਾਂ ਕੀਤਾ, ਮਾਰਿਆ ਗਿਆ, ਅਤੇ ਅਜੇ ਤੱਕ ਪਰਚਾ ਹੀ ਦਰਜ ਨਹੀਂ ਹੋਇਆ, ਅਜੇ ਤੱਕ ਕਾਰਵਾਈ ਨਹੀਂ ਹੋ ਰਹੀ। 302, 307, 120B ਦੇ ਤਹਿਤ ਰੱਖਣਾ ਚਾਹੀਦਾ ਉਹਨਾਂ ਨਿਰਦੇਸ਼ ਦੇਣ ਵਾਲਿਆਂ ਨੂੰ ਵੀ। ਪਰ ਹੈਰਾਨਗੀ ਦੀ ਗੱਲ ਹੈ, ਕਿੱਥੇ ਪੇਚ ਫਸਿਆ ਤੁਸੀਂ ਦੱਸਿਓ। ਮਿੱਤਰੋ, ਜਨਤਾ ਹੋ ਤੁਸੀਂ, ਆਪਣਾ ਵਿਚਾਰ ਕਮੈਂਟਾਂ 'ਚ ਦਿਓ। ਉੱਧਰ ਇੱਕ ਨਵੀਂ ਗੱਲ ਸੁਣ ਰਹੇ ਹਾਂ, ਇੱਕ ਔਰਤ ਸਾਹਮਣੇ ਆਈ ਹੈ ਜਿਹੜੀ ਇਹ ਕਹਿ ਰਹੀ ਹੈ ਕਿ ਮੈਂ ਤਾਂ ਸ਼ੁਭ ਕਰਨ ਦੀ ਮਾਂ। ਪਹਿਲੇ ਦਿਨ ਜਦੋਂ ਸ਼ੁਭ ਕਰਨ ਵਾਲੀ ਘਟਨਾ ਵਾਪਰੀ, ਉਸ ਵਕਤ 4 ਚੁਫੇਰੇ ਮੀਡੀਆ 'ਚ ਆਇਆ, ਅਸੀਂ ਸ਼ੁਭ ਕਰਨ ਦੇ ਘਰ ਗਏ, ਸਾਡੇ ਕੈਮਰਿਆਂ 'ਤੇ ਵੀ ਪਰਿਵਾਰ ਨੇ ਇਹੀ ਬੋਲਿਆ, ਪਿੰਡ ਨੇ ਬੋਲਿਆ ਕਿ ਇਸ ਦੀ ਮਾਂ ਨਹੀਂ ਹੈਗੀ। ਬਸ ਇੱਕ ਪਿਤਾ ਹੈ ਜਿਹੜਾ ਮਾਨਸਿਕ ਤੌਰ 'ਤੇ ਠੀਕ ਨਹੀਂ ਹੈਗਾ, ਇੱਕ ਬੁੱਢੀ ਦਾਦੀ ਹੈ ਅਤੇ ਭੈਣਾਂ ਨੇ, ਮਾਂ ਨਹੀਂ ਹੈਗੀ। ਪਰ ਹੁਣ ਇੱਕ ਔਰਤ ਸਾਹਮਣੇ ਆਈ ਹੈ, ਉਹ ਇਹ ਦਾਅਵਾ ਕਰ ਰਹੀ ਹੈ ਕਿ ਮੈਂ ਮਾਂ, ਅਤੇ ਨਾਲ ਦੀ ਨਾਲ ਉਹ ਵੱਡੀ ਮੰਗ ਕਰ ਰਹੀ ਹੈ। ਉਹ ਕਹਿ ਰਹੀ ਹੈ ਕਿ ਇਸ ਦੀ ਦੇਹ ਨੂੰ, ਇਸ ਦੀ ਮਿੱਟੀ ਨੂੰ ਮੈਂ ਰੁਲਣ ਨਹੀਂ ਦੇਣਾ ਚਾਹੁੰਦੀ, ਇਸ ਕਰਕੇ ਛੇਤੀ ਛੇਤੀ ਇਹਦਾ ਸੰਸਕਾਰ ਕਰ ਦਿਓ। ਸਵਾਲ ਵੱਡਾ ਇਹ ਹੈ, ਜਿਹੜਾ ਸ਼ੁਭ ਕਰਨ ਦੀ ਭੈਣ ਅਤੇ ਦਾਦੀ ਨੇ ਕੀਤਾ। ਸ਼ੁਭ ਕਰਨ ਦੀਆਂ ਭੈਣਾਂ ਕਹਿੰਦੀਆਂ ਨੇ ਵੀ ਜਦੋਂ ਮੈਂ 2-2.5 ਮਹੀਨਿਆਂ ਦੀ ਸੀ ਅਤੇ ਸ਼ੁਭ ਕਰਨ ਸਿਰਫ ਅਜੇ 2 ਕੁ ਸਾਲ ਦਾ ਸੀ, ਉਦੋਂ ਦੀ ਸਾਡੀ ਇਹ ਮਾਂ ਸਾਨੂੰ ਛੱਡ ਕੇ ਚਲੀ ਗਈ, ਇਹਨੇ ਹੋਰ ਕਿਤੇ ਵਿਆਹ ਕਰਾ ਲਿਆ, ਉਹਦੇ ਬੱਚੇ ਵੀ ਨੇ ਉਹ ਕਹਿੰਦੇ। ਪਰ ਉਸ ਤੋਂ ਬਾਅਦ ਸਾਡਾ ਹਾਲ ਚਾਲ ਨਹੀਂ ਪੁੱਛਿਆ, ਅਸੀਂ ਜਿਉਂਦੇ ਹਾਂ, ਅਸੀਂ ਕਿਵੇਂ ਪਲ ਰਹੇ ਹਾਂ, ਕਦੇ ਨਹੀਂ ਪੁੱਛਿਆ। ਅਤੇ ਉਹ ਕਹਿੰਦੇ ਅੱਜ ਇਹ ਕਿਸ ਦਾਅਵੇ ਦੇ ਨਾਲ ਇਹ ਆਈ ਹੈ ਕਿ ਮੈਂ ਉਹਨੂੰ ਰੁਲਣ ਨਹੀਂ ਦੇਣਾ ਚਾਹੁੰਦੀ? ਉਹ ਕਹਿੰਦੇ ਨੇ ਇਹ ਪੂਰੇ ਪੰਜਾਬ ਦਾ ਸਵਾਲ ਬਣ ਗਿਆ। ਇਸ ਟਾਈਮ ਸਵਾਲ ਇਹ ਬਣ ਗਿਆ ਵੀ ਜੇ ਹੁਣ ਧਰਤੀ ਤੋਂ ਜਾ ਚੁੱਕੇ ਨੂੰ ਨਹੀਂ ਰੁਲਣ ਦੇਣਾ ਚਾਹੁੰਦੀ, ਤਾਂ ਜਦੋਂ ਉਹ ਜਿਉਂਦਾ ਸੀ ਉਦੋਂ ਮਾਂ ਨੇ ਕਿਉਂ ਨਾ ਪੁੱਛਿਆ ਵੀ ਤੁਸੀਂ ਰੁਲਦੇ ਤਾਂ ਨਹੀਂ, ਤੁਹਾਨੂੰ ਕੋਈ ਪੁੱਛਦਾ ਕਿ ਨਹੀਂ ਪੁੱਛਦਾ? ਮਾਂ ਕਹਿੰਦੀ ਹੈ ਕਿ ਮੇਰਾ ਘਰ ਵਾਲਾ ਮੇਰੇ ਨਾਲ ਠੀਕ ਵਿਹਾਰ ਨਹੀਂ ਸੀ ਕਰਦਾ।
ਇਹ ਹੋ ਸਕਦਾ ਮਰਦ ਪ੍ਰਧਾਨ ਸਮਾਜ 'ਚ ਬਹੁਤ ਕੁਛ ਗਲਤ ਚੱਲਦਾ, ਪਰ ਇੱਕ ਮਾਂ ਹੋ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਚਲੇ ਜਾਣ, ਇਹ ਤਾਂ ਕੋਈ ਵੀ ਠੀਕ ਨਹੀਂ ਕਹੂਗਾ। ਬੱਚਿਆਂ ਦਾ ਹਾਲ ਨਾ ਪੁੱਛਣਾ, ਬੱਚਿਆਂ ਨੂੰ ਹੀ ਪਾਸੇ ਕਰ ਦੇਣਾ। ਔਰ ਮਾਂ ਜਦੋਂ ਹੁਣ ਪ੍ਰੈਸ ਦੇ ਮੂਹਰੇ ਬੋਲ ਰਹੀ ਹੈ ਤਾਂ ਵੱਡੀ ਗਿਣਤੀ ਲੋਕਾਂ ਦੇ ਕਮੈਂਟ ਨੇ ਵੀ ਮੂੰਹ ਚਿਹਰੇ ਅਤੇ ਗੱਲਾਂ ਤੋਂ ਕੋਈ ਦੁੱਖ ਉਦਾਸੀ ਨਜ਼ਰ ਨਹੀਂ ਆ ਰਹੀ। ਲੋਕ ਕਹਿੰਦੇ ਮਾਂ ਦਾ ਪੁੱਤ ਗਿਆ ਹੋਵੇ ਜਵਾਨ, ਉਹ ਤਾਂ ਗੱਲ ਕਰਦੀ ਵੀ ਗਸ਼ਾਂ ਖਾਂਦੀ ਹੈ, ਅਤੇ ਇਹ ਮਾਂ ਇਹ ਤਾਂ ਬੜੇ ਆਰਾਮ ਨਾਲ ਗੱਲਾਂ ਕਰ ਰਹੀ ਹੈ। ਸੋ ਇਹ ਸਵਾਲ ਜਿਹੜਾ ਹੈ ਉਹ ਬਰਕਰਾਰ ਹੈ ਕਿ ਮਾਂ ਸਹੀ ਬੋਲ ਰਹੀ ਹੈ ਜਾਂ ਭੈਣਾਂ ਅਤੇ ਦਾਦੀ ਸਹੀ ਬੋਲ ਰਹੀ ਹੈ। ਤੁਹਾਨੂੰ ਕੀ ਲੱਗਦਾ ਤੁਸੀਂ ਦੱਸਿਓ। ਬਹੁਤ ਮਿਹਰਬਾਨੀ, ਸ਼ੁਕਰੀਆ।